ਇਹ ਹੈ ਕਿ ਅੱਜ ਕੱਲ੍ਹ ਅਮੀਰ ਜਮਾਤ ਇਸਲਾਮੀ ਕਾਜ਼ੀ ਹੁਸੈਨ ਅਹਿਮਦ ਸਾਹਿਬ ਨੇ ਆਪਣੇ ਨਾਮ ਕੇ ਬਹੁਤ ਸਾਥ ਜ਼ਿਆਦਾ ਸੰਜੀਦਾ ਹੋ ਗਏ ਸੀ, ਜੋ ਮੈਂ ਹਸਾਣਾ ਸ਼ੁਰੂ ਕਰ ਦਿਆ ਐਸੀ ਹੈ। ਅੱਛਾ ਅੱਛਾ ਆਜ ਕੱਲ ਉਨਕੇ ਜੋ ਦਾਅਵੇਦਾਰ ਹੈ ਸਾਥ, ਉਨ੍ਹੋਂਨੇ ਲਿਖਣਾ ਸ਼ੁਰੂ ਕਰ ਦਿਆ ਅਮਾਮ ਕਾਜ਼ੀ, ਨਾਰੇ ਵੀ ਲਗਤੇ ਹੈ ਅਮਾਮ ਕਾਜ਼ੀ। ਤੇ ਹਜ਼ੂਰ ਮੇਰਾ ਸਵਾਲ ਇਹ ਹੈ ਕਿ ਕਿਆ ਕੋਈ ਖਾਸ ਨਈ ਮਨਸੂਬਾਬੰਦੀ ਹੈ ਕਿ ਇਹ ਲਫ਼ਜ਼ ਕਾ ਇਜ਼ਾਫਾ ਕੀਆ ਗਿਆ ਹੈ? ਇਨਕਾ ਇਨਕੋ ਕਿਤਨੇ ਵੋਟ ਮਿਲੇ ਹੈ? ਕੁਛ ਵੀ ਨਹੀਂ ਭਾਗੇ ਹਨ ਜੇ ਤੋ ਹੈ, ਇਹ ਤੋ ਬਾਈਕਾਟ ਕਰਦੇ ਥੇ ਹੁਣ। ਹਾਂ ਤੋ ਇਮਾਮ ਮਾਨੇਗਾ ਕੌਣ, ਇਹ ਬਤਾਏ। ਇਹ ਸਾਰੀ ਬਾਤਾਂ ਲਿਖ 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 ਕੇ ਬਣ ਰਿਹਾ, ਸਭ ਕੁਛ ਬਣ ਰਹੇ ਨੇ ਵਿਚਾਰੋਂ ਕੋ ਕਿਆ ਫਰਕ ਪੜਤਾ ਹੈ ਆਪਕੋ, ਦੋ ਚਾਰ ਦਿਨ ਇਮਾਮਤ ਕਰ ਜਾਏ।